Dear students, fellow teachers, and other viewers, my best wishes. In this lecture, we shall do some vocabulary, spellings, and pronunciation. Some discussion about all these things, very brief. First of all, something about pronunciation. How to pronounce S in different words, first of all. So we have to pronounce it differently. Sometimes as S, sometimes as Z, but never as J. For example, we say saint, all right. We say yes, all right. But when we say his, H-I-S, his, it's not his, it's not is, it's is, his, jani his vidi, not his, but his, jis tarah si, jani z wali thodi ji sound jadi leke o bolna hai, to kai baar kuch students mein his, is, is tarah kehnde ne, to us nu assi avoid ਕਰਨਾ ਹੈ ਐਸ ਦਾ ਬਾਕੀ ਇੱਕ ਚੀਜ਼ ਹੋਰ ਹੈ ਸ਼ਰਟ ਆਪਾਂ ਕਹਿੰਦੇ ਹਾਂ ਐਸ ਐਚ ਨਾਲ ਤਾਂ ਉਹ ਜਿਵੇਂ ਸੱਸੇ ਦੇ ਪੈਰ 'ਚ ਬਿੰਦੀ ਹੋਈ ਸ਼ਰਟ ਲੇਕਿਨ ਜਦੋਂ ਸੀ ਡਬਲ ਐਚ ਪਾ ਦਿੰਦੇ ਹਾਂ ਤਾਂ ਉਹ ਜਿਵੇਂ ਸ਼ ਚੱਚਾ ਸ਼ਸ਼ਾ ਬੱਚਾ ਫਿਰ ਸੀ ਡਬਲ ਐਚ ਏ ਪਾ ਦਿੰਦੇ ਇੱਦਾਂ ਥੋੜ੍ਹਾ ਜਿਹਾ ਇਸ ਪ੍ਰਤੀ ਆਪਾਂ ਧਿਆਨ ਰੱਖਣਾ ਹੈ ਫਿਰ ਡਿਫਰੈਂਸ਼ੀਏਟ ਦਾ ਸਾਊਂਡਸ ਆਫ ਜੇ Z and U ਕਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਮੰਨ ਲਓ ਜੇ ਇਹਦੇ ਨਾਲ ਆਪਾਂ ਜੱਗ ਕਹਿੰਦੇ ਹਾਂ ਜੱਗ ਲੇਕਿਨ ਯੂਨੀਵਰਸਿਟੀ ਯਈਆ ਉਹ ਜੱਜਾ ਹੈ ਇਹ ਯਈਆ ਹੈ ਯੂਨੀਵਰਸਿਟੀ ਇਹਨੂੰ ਆਪਾਂ ਯੂਨੀਵਰਸਿਟੀ ਨਾ ਕਹੀਏ ਯੂ ਹੈ ਨਾ ਵਾਈ ਓ ਯੂ ਯੂ ਨਾ ਕਿ ਜੂ ਇੱਥੇ ਵੀ ਆਪਾਂ ਥੋੜ੍ਹਾ ਜਿਹਾ ਕਲੀਅਰ ਕਰਨਾ ਹੈ ਫਿਰ ਕਈ ਵਾਰੀ ਡੀ ਜੀ ਈ ਹੁੰਦਾ ਜੱਜ ਬ੍ਰਿਜ ਇਹ ਜੱਜ ਹੀ ਹੈਗੇ ਨੇਗੇ ਤਾਂ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਜ਼ੈਡ ਵਾਲਾ ਹੈ ਜ਼ੀਲ ਜ਼ੈਡ ਈ ਜੱਜੇ ਪੈਰ ਬਿੰਦੀ ਵਾਂਗੂ ਬੋਲਣਾ ਹੁੰਦਾ ਜ਼ੀਲ ਜ਼ੈਡ ਈ ਏ ਐਲ ਜ਼ੀਲ ਜੱਗ ਯੂਨੀਵਰਸਿਟੀ ਤੋਂ ਕਲੀਅਰ ਕਰੀਏ ਹੈ ਨਾ ਕਈ ਵਾਰੀ ਜੋ ਜੀ ਹੈ ਆਪਣੇ ਆਪ 'ਚ ਉਹ ਵੀ ਜੱਜੇ ਦੀ ਆਵਾਜ਼ ਦਿੰਦੀ ਹੈ ਜਿਸ ਤਰ੍ਹਾਂ ਆਪਾਂ ਜੈਮ ਕਹਿੰਦੇ ਹਾਂ ਜੈਮ ਜੀ ਈ ਐਮ ਜੈਮ ਹੈ ਜਨਰੇਸ਼ਨ ਵਗੈਰਾ ਕਹਿੰਦੇ ਹਾਂ ਫਿਰ ਡਿਫਰੈਂਸ਼ੀਏਟ ਦਾ ਸਾਊਂਡਸ ਆਫ ਬੀ ਐਂਡ ਵੀ ਤੋਂ ਪੰਜਾਬ ਦੇ ਕੁਝ ਹਿੱਸਿਆਂ 'ਚ ਇਹ ਪ੍ਰੋਬਲਮ ਆਉਂਦੀ ਹੈ ਕਿ ਬੀ ਔਰ ਵੀ ਦੇ ਫਰਕ ਨੂੰ ਕਲੀਅਰ ਨਹੀਂ ਕੀਤਾ ਜਾਂਦਾ ਇੱਕ ਪਾਸੇ ਆਪਾਂ ਕਹਿੰਦੇ ਹਾਂ ਬੈਗ ਜਾਂ ਬੈਨ ਬੀ ਏ ਐਨ ਇੱਕ ਵੀ ਏ ਐਨ ਹੈ ਉਹਨੂੰ ਅਸੀਂ ਵੈਨ ਵੈਨ ਹੈ ਨਾ ਬੈਨ ਐਂਡ ਵੈਨ ਤਾਂ ਇੱਦਾਂ ਅਸੀਂ ਬੀ ਔਰ ਵੀ ਦਾ ਜਿਹੜਾ ਹੈ ਉਸ ਨੂੰ ਵੀ ਕਲੀਅਰ ਸਮਝਣਾ ਹੈ ਫਿਰ ਇਸ ਤਰ੍ਹਾਂ ਹੀ ਸਾਡੇ ਕੋਲ ਹੈ ਕਿ ਸਾਊਂਡਸ ਆਫ ਯੂ ਜੀ ਐਚ ਕਿਸ ਤਰ੍ਹਾਂ ਬਣਦੀਆਂ ਨੇ ਜਿਸ ਤਰ੍ਹਾਂ ਆਰ ਓ ਯੂ ਜੀ ਐਚ ਰਫ ਹੋ ਗਿਆ ਇਸ ਤਰ੍ਹਾਂ ਹੀ ਟਫ ਹੈ ਇਸ ਤਰ੍ਹਾਂ ਹੀ ਲੋਫ ਹੈ ਐਲ ਏ ਯੂ ਜੀ ਐਚ ਇਹਨੂੰ ਅਸੀਂ ਬਿਲਕੁਲ ਕੰਨਾਂ ਲਾ ਕੇ ਲਾਫ ਨਹੀਂ ਲੋਫ ਹੈ ਨਾ ਇੱਕ ਨਵੀਂ ਰਵਾਇਤ ਇੱਕ ਵਾਰ ਸ਼ੁਰੂ ਹੋਈ ਸੀ ਪੰਜਾਬੀ ਦੇ ਵਿੱਚ ਪ੍ਰਗਟ ਕਰਨ ਦੀ ਕਿਵੇਂ ਕਿ ਕੰਨਾਂ ਲਾ ਕੇ ਉੱਪਰ ਅੱਧਕ ਲਾ ਦਈਏ ਲੋਫ ਨਾ ਡੋਟ ਲਾਫ ਬਟ ਲੋਫ ਇੱਦਾਂ ਥੋੜ੍ਹਾ ਜਿਹਾ ਇਹਦਾ ਉਚਾਰਨ ਜਿਹੜਾ ਹੈ ਉਹ ਅਸੀਂ ਕਰਨਾ ਹੈ ਲੇਕਿਨ ਪੱਕਾ ਨਾ ਸਮਝੀਏ ਕਈ ਵਾਰੀ ਇਹ ਵੀ ਹੋ ਗਿਆ ਟੀ ਐਚ ਆਰ ਓ ਯੂ ਜੀ ਐਚ ਇਹ ਉਸ ਤਰ੍ਹਾਂ ਨਹੀਂ ਬਣਦਾ ਜਿਵੇਂ ਟਫ ਬਣਿਆ ਸੀ ਇਹ ਥਰੂ ਬਣ ਗਿਆ ਥਰੂ ਸੈੱਟ ਪੈਟਰਨ ਜਿਹੜਾ ਹੈ ਨਹੀਂ ਉਹ ਚੱਲਣਾ ਚਾਹੀਦਾ ਦੈਨ ਜਿਹੜਾ ਸਾਡਾ ਆਰ ਹੈ ਉਸ ਨੂੰ ਕਈ ਵਾਰ ਅਸੀਂ ਬਹੁਤ ਸੌਫਟਲੀ ਪ੍ਰੋਨਾਊਂਸ ਕਰਨਾ ਹੈ ਕਈ ਵਾਰ ਫੁੱਲ ਹੈ ਲੇਕਿਨ ਕਈ ਵਾਰ ਬਹੁਤ ਸੌਫਟਲੀ ਵਿਦਆਊਟ ਸਟ੍ਰੈਸ ਜਿਹੜਾ ਹੈ ਪ੍ਰੋਨਾਊਂਸ ਕਰਨਾ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਬ੍ਰਦਰ ਹੁਣ ਪਹਿਲਾ ਆਰ ਠੀਕ ਹੈ ਲੇਕਿਨ ਦੂਜੇ ਬਾਰੇ ਕੀ ਹੈ ਬ੍ਰਦਰ
ਜਾਣੀ ਐ ਨਾ ਕਹੀਏ ਕਿ ਬ੍ਰਦਰ, ਦੈਟ ਵਿਲ ਬੀ ਰੋਂਗ, ਹੈ ਨਾ। ਫਾਦਰ ਰ ਜਿਹੜਾ ਹੈ ਇੱਕ ਤਰ੍ਹਾਂ ਦਾ, ਜਿਸ ਤਰ੍ਹਾਂ ਅਸੀਂ ਅ ਬੋਲਦੇ ਹਾਂ ਨਾ, ਇੱਦਾਂ ਹੀ ਬਹੁਤ ਸਾਰੇ ਸ਼ਬਦਾਂ 'ਚ ਬੋਲਿਆ ਜਾਂਦਾ ਐਗਜੈਕਟਲੀ ਪ੍ਰੋਨਾਊਂਸ ਕਰਨ ਵਾਸਤੇ। ਫਾਦਰ, ਮਦਰ, ਮਦਰ, ਹੈ ਨਾ, ਮਦਰ ਪੂਰਾ ਇੱਦਾਂ ਸਟ੍ਰੈਸ ਦੀ ਬਜਾਏ, ਲੇਕਿਨ ਮਦਰ। ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਸਿਸਟਰ, ਸਿਸਟਰ, ਜਾਣੀ ਭਾਵ ਕਿ ਇੱਦਾਂ ਸਹੀ ਕਰਨਾ ਹੈ। ਹੁਣ ਯਰਨ ਨਹੀਂ ਆਪਾਂ ਬੋਲਦੇ, YERN, ਯਰਨ, ਯਰਨ, ਬਰਨ, ਜਾਣੀ ਥੋੜ੍ਹਾ ਜਿਹਾ ਵਿਚਾਰ ਜਿਸ ਤਰ੍ਹਾਂ ਆਲਾ ਲਾ ਲਈਏ ਨਾ, ਬਨ ਵੀ ਨਹੀਂ ਇਕੱਲਾ, ਬਰਨ, ਯਰਨ, ਹਰਨ, ਇੱਦਾਂ ਅਸੀਂ ਥੋੜ੍ਹਾ ਜਿਹਾ ਕਰਨਾ ਹੈ ਜਦੋਂ ਅਸੀਂ ਪ੍ਰੋਨਾਂਸੀਏਸ਼ਨ ਨੂੰ ਇੰਪਰੂਵ ਕਰਨਾ ਹੈ। ਕਈ ਵਾਰ ਸਮਝਾਉਣ ਵਾਸਤੇ ਅਸੀਂ ਪੂਰੇ ਦਾ ਪੂਰਾ ਭਾਵੇਂ ਬੜਾ ਹੋਰ ਕਲੀਅਰ ਕਰਕੇ ਬੋਲਦੇ ਨੇ, ਲੇਕਿਨ ਅਦਰਵਾਈਜ਼ ਵੈਨ ਯੂ ਵਾਂਟ ਏ ਗੁੱਡ ਪ੍ਰੋਨਾਂਸੀਏਸ਼ਨ ਦੈਨ ਯੂ ਹੈਵ ਟੂ ਬੀ ਕੇਅਰਫੁੱਲ ਅਬਾਊਟ ਦੀਜ ਥਿੰਗਸ। ਤੋ ਇਸ ਤੋਂ ਇੱਕ ਚੀਜ਼ ਬੜੇ ਧਿਆਨ ਰੱਖਣੀ ਆ ਕਿ ਨੈਵਰ ਫੋਲੋ ਐਨੀ ਸੈੱਟ ਪੈਟਰਨ ਆਈਦਰ ਐਟ ਦ ਟਾਈਮ ਆਫ ਪ੍ਰੋਨਾਊਂਸਿੰਗ ਔਰ ਐਟ ਦ ਟਾਈਮ ਆਫ ਰਾਈਟਿੰਗ ਆਲਸੋ, ਮੇਕਿੰਗ ਪਲੂਰਲਸ, ਮੇਕਿੰਗ ਵਰਬਸ ਐਟਸੈਟਰਾ। ਕੋਈ ਵੀ ਐਂ ਨਾ ਪੱਕਾ ਕਿ ਇੱਦਾਂ ਇਹਦੇ ਮੁਤਾਬਕ ਹੀ ਫਿਰ ਇਹ ਕਰ ਲਈਏ, ਨੋਟ ਲਾਈਕ ਦੈਟ। ਤੋ ਕਈ ਵਾਰ ਤਾਂ ਇਹ ਵੀ ਕਹਿੰਦੇ ਨੇ ਕਿ ਇੰਗਲਿਸ਼ ਦੇ ਕ੍ਰੇਜ਼ੀ ਲੈਂਗੁਏਜ, ਕੋਈ ਗੱਲ ਹੀ ਨਹੀਂ, ਕੋਈ ਰੂਲ ਹੀ ਨਹੀਂ, ਕੋਈ ਰੈਸ਼ਨੇਲ ਹੀ ਨਹੀਂ ਹੈਗਾ। ਲੇਕਿਨ ਸਾਨੂੰ ਪ੍ਰੈਕਟਿਸ ਦੀ ਦੇਖੋ ਡੈਫੀਨੇਟਲੀ ਲੋੜ ਆ, ਅਦਰਵਾਈਜ਼ ਕਈ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਲੱਗੇਗਾ। ਕਿਸ ਤਰ੍ਹਾਂ ਮਤਲਬ ਸੈੱਟ ਪੈਟਰਨ ਅਸੀਂ ਕਿਸ ਤਰ੍ਹਾਂ ਬਲਾਈਂਡਲੀ ਨਹੀਂ ਕਰ ਸਕਦੇ, ਕਿਵੇਂ ਅਸੀਂ ਪਲੂਰਲ ਦੇਖੀਏ। ਹੁਣ ਹਾਊਸ ਦਾ ਪਲੂਰਲ ਕੀ ਹੈ? ਹਾਊਸਿਸ, ਬਿਲਕੁਲ ਹੈਗਾ। ਸਪਾਊਸ ਦਾ ਕੀ ਹੈ? ਸਪਾਊਸਿਸ ਹੈਗਾ। ਲੇਕਿਨ ਮਾਊਸ ਦਾ ਕੀ ਹੋ ਗਿਆ? ਹੁਣ ਮਾਊਸ ਦਾ ਜਿਹੜਾ ਹੈ ਅਸੀਂ ਕਰਾਂਗੇ ਮਾਈਸ। ਲੇਕਿਨ ਜੇ ਕਿਤੇ ਮਾਊਸ ਜਿਹੜਾ ਹੈ ਕੰਪਿਊਟਰ ਵਾਲਾ ਆ ਗਿਆ ਤਾਂ ਫਿਰ ਅਸੀਂ ਉਹਨੂੰ ਮਾਈਸ ਨਹੀਂ ਕਰਾਂਗੇ, ਉਹਦਾ ਪਲੂਰਲ, ਫਿਰ ਉਹ ਮਾਊਸਿਸ ਹੀ ਹੋ ਜਾਂਦਾ ਜੇ ਕਿਤੇ ਅਸੀਂ ਪਲੂਰਲ ਰੂਪ ਦੇ ਵਿੱਚ ਉਹਨਾਂ ਨੂੰ ਲਿਖਣਾ ਹੋਵੇ। ਹੁਣ ਅਸੀਂ MOUSE ਮਾਊਸ ਕਹਿੰਦੇ ਹਾਂ, ਲੇਕਿਨ ਜਦੋਂ ਅਸੀਂ ROUSE ਰਾਊਜ਼ ਕਹਾਂਗੇ। ਹੁਣ ਇਹਨੂੰ ਰਾਊਸ ਨਹੀਂ ਕਹਿੰਦੇ, ਇਹਨੂੰ ਅਸੀਂ ਰਾਊਜ਼ ਕਹਾਂਗੇ, ਹੈ ਨਾ। ROUSE ਕਿਸੇ ਨੂੰ ਜਗਾਉਣਾ, ਟੂ ਅਵੇਕਨ, ਹੈ ਨਾ। ਰਾਊਜ਼ ਮੀਨਸ, ਤੋ ਮਾਊਸ ਦਾ ਮਾਈਸ, ਲਾਊਸ ਦਾ ਮਾਈਸ ਬਣ ਜਾਂਦਾ ਹੈਗਾ ਗਾ। ਲੇਕਿਨ ਹਾਊਸ ਦਾ ਪਲੂਰਲ ਹਾਊਸਿਸ ਬਣੇਗਾ, ਸੈੱਟ ਪੈਟਰਨ ਨਹੀਂ ਹੋਇਆ ਨਾ, ਹਾਊਸ ਦਾ ਹਾਊਸਿਸ ਬਣਨਾ ਹੈ। ਬੋਕਸ ਦਾ ਪਲੂਰਲ ਕੀ ਆ? ਬੋਕਸਿਸ, ਸਾਨੂੰ ਪਤਾ ਹੈ। ਫੋਕਸ ਦਾ ਫੋਕਸਿਸ, ਲੇਕਿਨ ਔਕਸ ਦਾ ਜਿਹੜਾ ਬਣਦਾ ਹੈ ਉਹ ਔਕਸਨ ਹੀ ਬਣਨਾ ਚਾਹੀਦਾ ਹੈ। ਮੈਨ ਦਾ ਮੈਨ, ਆਲ ਰਾਈਟ, ਨੋ ਪ੍ਰੋਬਲਮ। ਲੇਕਿਨ ਜੇ ਪੈਨ, ਜਿਸ ਤਰ੍ਹਾਂ ਫਰਾਇੰਗ ਪੈਨ ਹੈ, ਪੈਨ ਦਾ ਅਸੀਂ ਹੁਣ ਪਲੂਰਲ ਪੈਨ ਨਹੀਂ ਬਣਾਉਣਾ, ਪੈਨ ਦਾ ਪੈਨਸ ਬਣਦਾ ਹੈ, ਪੈਨਸ, ਠੀਕ ਹੈ ਨਾ, PANS। ਫੁੱਟ ਦਾ ਕੀ ਬਣਿਆ? ਫੀਟ, ਸਾਨੂੰ ਪਤਾ ਪਲੂਰਲ, ਫੁੱਟ ਦਾ ਫੀਟ। ਟੁੱਥ ਦਾ ਟੀਥ, ਪਲੂਰਲ ਹੈ। ਲੇਕਿਨ ਬੂਟ ਦਾ ਬੂਟਸ ਬਣਦਾ, ਬੁੱਕ ਦਾ ਬੁੱਕਸ ਬਣਦਾ ਹੈ, ਜਾਣੀ ਉਹ ਪੈਟਰਨ ਜਿਹੜਾ ਹੈ ਨਹੀਂ ਆਪਾਂ ਕਰ ਸਕਦੇ। ਹੁਣ ਆਪਾਂ ਕਹਿੰਦੇ ਹਾਂ ROSE ਰੋਜ਼, NOSE ਨੋਜ਼, ਲੇਕਿਨ LOSE ਇਹਨੂੰ ਲੋਜ਼ ਨਹੀਂ ਬੋਲਦੇ, ਇਹ ਲੂਜ਼ ਹੈ, ਲੂਜ਼, ਲੂਜ਼, ਲੋਸਟ, ਲੋਸਟ, ਠੀਕ ਹੈ ਨਾ। NONO, GOGO, SOSO, ਲੇਕਿਨ DO, ਡੋ ਨਹੀਂ, DO, ਡੂ, ਜਾਣੀ ਬਿਲਕੁਲ ਕੋਈ ਐਪ ਬਲਾਈਂਡਲੀ ਅਸੀਂ ਕੋਈ ਸੈੱਟ ਪੈਟਰਨ ਕਦੇ ਜਿਹੜਾ ਹੈ ਫੋਲੋ ਨਹੀਂ ਕਰਨਾ। ਅਸੀਂ ਉਸ ਨੂੰ ਅੰਡਰਸਟੈਂਡ ਕਰਨਾ ਹੈ, ਉਸ ਨੂੰ ਉਹਦੇ ਵੱਖਰੇ ਕੰਟੈਕਸਟ ਵਿੱਚ ਦੇਖਣਾ ਹੈ, ਐਂਡ ਦੈਨ ਵੀ ਹੈਵ ਟੂ ਜਸਟ ਲਰਨ ਇਟਸ ਕੁਰੈਕਟ ਪ੍ਰੋਨਾਂਸੀਏਸ਼ਨ। ਇੱਕ ਵਾਰ ਸਿੱਖ ਲੈਣੀ ਹੈ ਤਾਂ ਫਿਰ ਸਾਨੂੰ ਆਪਣੇ ਆਪ ਹੀ ਉਹਦੀ ਪ੍ਰੈਕਟਿਸ ਜਿਹੜੀ ਹੈ ਹੁੰਦੀ ਰਹਿੰਦੀ ਹੈ। ਨਾਉ ਵਨ ਥਿੰਗ ਵੈਰੀ ਇੰਪੋਰਟੈਂਟ, ਬੀ ਕੇਅਰਫੁੱਲ ਅਬਾਊਟ ਸਾਇਲੈਂਟ ਲੈਟਰਸ ਐਂਡ ਡਬਲ ਲੈਟਰਸ ਐਂਡ ਸਮ ਟਾਈਮ ਦ ਕਨਫਿਊਜ਼ਿੰਗ ਵਰਡਸ ਆਲਸੋ ਕਨਫਿਊਜ਼ ਅਸ, ਆਲਮੋਸਟ ਸਿਮੀਲਰ ਇਨ ਮੈਨੀ ਵੇਜ਼। ਉਹਨਾਂ ਤੋਂ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ, ਸਾਇਲੈਂਟ ਲੈਟਰਸ ਦਾ ਬੜਾ ਧਿਆਨ ਰੱਖਣਾ। ਕਈ ਤਾਂ ਵਾਰੀ ਵਿਦਿਆਰਥੀ ਇੱਦਾਂ ਵੀ ਕਹਿੰਦੇ, ਸਰ ਜਦੋਂ ਸਾਇਲੈਂਟ ਦਾ ਮੀਨਿੰਗ ਹੀ ਕੋਈ ਨਹੀਂ ਜੀ, ਬੋਲਣਾ ਹੀ ਕੋਈ ਨਹੀਂ, ਤਾਂ ਫਿਰ ਪਾਏ ਵਿੱਚ ਕਿਉਂ ਨੇ? ਮੈਂ ਕਿਹਾ ਵੀ ਦਿਸ ਵੀ ਕਾਂਟ ਟੈਲ, ਕਿਉਂਕਿ ਅੰਗਰੇਜ਼ਾਂ ਨੇ ਪਾਏ ਹੋਏ ਨੇ, ਵੀ ਹੈਵ ਟੂ ਫੋਲੋ ਦੇਅਰ ਪੈਟਰਨ।
ਹੁਣ ਆਪਾਂ ਜਿਹੜੀ ਸਟੱਡੀ ਕਰਨੀ ਹੈ ਮੇਨ ਕੁਝ ਸਾਇਲੈਂਟ ਲੈਟਰਸ ਦੀ ਕਰਨੀ ਹੈ ਸਾਇਲੈਂਟ ਲੈਟਰਸ ਦੀ ਦੇਖੋ ਕਿਵੇਂ ਕਿੰਨਾ ਫਰਕ ਪੈਂਦਾ ਧਿਆਨ ਨਾਲ ਸੁਣਿਓ ਪਹਿਲਾਂ ਅਸੀਂ ਇੱਕ ਵਰਡ ਦੇਖਦੇ ਹਾਂ ਵਿਦ ਸਾਇਲੈਂਟ ਸੀ ਸੀ ਉਹਦੇ ਸਾਇਲੈਂਟ ਆ ਵਰਡ ਕੀ ਆ ਆਈ ਐਨ ਡੀ ਆਈ ਸੀ ਟੀ ਹੁਣ ਨੋਰਮਲੀ ਇਹਨੂੰ ਅਗਲਾ ਇੰਡਿਕਟ ਬੋਲੂਗਾ ਬਟ ਇਟ ਇਜ਼ ਨੋਟ ਇੰਡਿਕਟ ਇਟ ਇਜ਼ ਇੰਡਾਈਟ ਇਹਨੂੰ ਬੋਲਣਾ ਕੀ ਆ ਇੰਡਾਈਟ ਆਈ ਐਨ ਡੀ ਆਈ ਈ ਟੀ ਜਿਵੇਂ ਹੋਵੇ ਨਾ ਇੱਦਾਂ ਸਪੈਲਿੰਗ ਜਿਹਨੇ ਆਈ ਐਨ ਡੀ ਆਈ ਸੀ ਟੀ ਤੋ ਇੰਡਾਈਟ ਇੰਡਿਕਟ ਨਹੀਂ ਬੋਲਣਾ ਇਹਨੂੰ ਔਰ ਇੰਡਾਈਟ ਕੀ ਹੁੰਦਾ ਅਕਿਊਜ਼ ਫੋਰਮਲੀ ਹੈ ਨਾ ਇੰਡਾਈਟਿਡ ਐਂਡ ਕਨਵਿਕਟਿਡ ਕਨਵਿਕਟ ਹੁੰਦਾ ਸੀ ਔਰ ਵੀ ਆਈ ਸੀ ਟੀ ਜਦੋਂ ਕਿਸੇ ਨੂੰ ਸਜ਼ਾ ਮਿਲਦੀ ਹੈ ਲੇਕਿਨ ਇਹਨੂੰ ਅਸੀਂ ਇੰਡਾਈਟ ਬੋਲਣਾ ਫਿਰ ਇੱਕ ਆਪਾਂ ਵਰਡ ਦੇਖਦੇ ਹਾਂ ਵਿਦ ਸਾਇਲੈਂਟ ਬੀ ਬੀ ਨਹੀਂ ਬੋਲਦੀ ਐਸ ਯੂ ਬੀ ਟੀ ਐਲ ਈ ਹੁਣ ਇਹਨੂੰ ਸਬਟਲ ਨਹੀਂ ਬੋਲਣਾ ਇਟ ਇਜ਼ ਸਟਲ 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 ਮੀਨਸ ਡੀਪ ਡੀਪ ਮਤਲਬ ਕੋਈ ਵੈਲ ਜਾਂ ਪਿੱਟ ਨਹੀਂ ਸਗੋਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਵੀ ਵੈਰੀ ਡੀਪ ਥੋਟ ਡੀਪ ਮੈਸੇਜ ਹੈ ਨਾ ਇਸ ਸੈਂਸ ਵਿੱਚ ਅਸੀਂ ਕਹਾਂਗੇ ਕਿ ਸਟਲ ਮੈਸੇਜ ਵੈਰੀ ਸਟਲ ਥੋਟ ਇਜ਼ ਏ ਵੈਰੀ ਸਟਲ ਪਰਸਨ ਬੜਾ ਡੀਪ ਪਰਸਨ ਹੈਗਾ ਗਾ ਹੁਣ ਆਪਾਂ ਵਰਡਸ ਵਿਦ ਸਾਇਲੈਂਟ ਜੀ ਦੇਖਦੇ ਹਾਂ ਜਿਹਨੇ ਜੀ ਸਾਇਲੈਂਟ ਹੈ ਕਿਸ ਤਰ੍ਹਾਂ ਦੇ ਵਰਡ ਨੇ ਜਿਵੇਂ ਅਲਾਈਨ ਹੈ ਨਾ ਏ ਐੱਲ ਆਈ ਜੀ ਐੱਨ ਅਲਾਈਨਮੈਂਟ ਵੀ ਇਸ ਤੋਂ ਬਣਦਾ ਅਸਾਈਨ ਹੈ ਬਿਨਾਈਨ ਹੈ ਬੀ ਈ ਐੱਨ ਆਈ ਜੀ ਐੱਨ ਕੌਨਸਾਈਨ ਡਿਜ਼ਾਈਨ ਫੇਨ ਐੱਫ ਈ ਆਈ ਜੀ ਐੱਨ ਹੁਣ ਜੀ ਪੈਂਦੀ ਆ ਲੇਕਿਨ ਬੋਲਦੀ ਨਹੀਂ ਐੱਫ ਈ ਆਈ ਜੀ ਐੱਨ ਫੇਨ ਹੁੰਦਾ ਪ੍ਰਿਟੈਂਡ ਕਰਨਾ ਦਿਖਾਵਾ ਕਰਨਾ ਮਕਾਰੀ ਕਰਨਾ ਫੇਨ ਦਾ ਮੀਨਿੰਗ ਜਾਣੀ ਪ੍ਰਿਟੈਂਡ ਹੈ ਫਿਰ ਇੱਕ ਵਰਡ ਤੁਸੀਂ ਦੇਖੋ ਪੀ ਏ ਆਰ ਏ ਡੀ ਆਈ ਜੀ ਐੱਮ ਬੋਲਿਆ ਜਾਊਗਾ ਅਗਲਾ ਕਹਿੰਦੇ ਵੀ ਇਹ ਤਾਂ ਪੈਰਾਡਿਗਮ ਲਿਖਿਆ ਬਟ ਇਟ ਇਜ਼ ਨੋਟ ਪੈਰਾਡਿਗਮ ਮਾਈ ਡੀਅਰ ਸਟੂਡੈਂਟਸ ਇਟ ਇਜ਼ ਪੈਰਾਡਾਈਮ ਲਿਖਿਆ ਡੀ ਆਈ ਜੀ ਐੱਮ ਆ ਬਟ ਇਟ ਇਜ਼ ਪੈਰਾਡਾਈਮ ਪੈਰਾਡਾਈਮ ਕੋਈ ਪੈਟਰਨ ਹੁੰਦਾ ਹੈ ਕੋਈ ਵੀ ਮਾਡਲ ਹੁੰਦਾ ਹੈ ਜੋ ਸਾਡੇ ਸਾਹਮਣੇ ਆਵੇ ਇਸ ਤਰ੍ਹਾਂ ਰਿਜ਼ਾਈਨ ਹੈ ਆਰ ਈ ਐੱਸ ਆਈ ਜੀ ਐੱਨ ਇਸ ਤਰ੍ਹਾਂ ਸਾਈਨ ਹੈ ਐੱਸ ਆਈ ਜੀ ਐੱਨ ਸਾਈਨ ਜੇ ਸਿਗਨੇਚਰ ਪੂਰਾ ਲਿਖਦੇ ਹਾਂ ਤਾਂ ਜੀ ਇਜ਼ ਸਪੋਕਨ ਪ੍ਰੋਨਾਊਂਸਡ ਬਟ ਸਾਈਨ ਐੱਸ ਆਈ ਜੀ ਐੱਨ ਜੀ ਇਜ਼ ਸਾਈਲੈਂਟ ਸੋ ਇਹ ਜੀ ਸਾਈਲੈਂਟ ਇਹਨਾਂ 'ਚ ਹੈ ਇਹ ਧਿਆਨ ਰੱਖਣਾ ਨਾਉ ਵਰਡਸ ਵਿਦ ਐੱਲ ਸਾਈਲੈਂਟ ਦੇਖੋ ਇੱਕ ਵਰਡ ਹੈ ਕਿਹੜਾ ਏ ਐੱਲ ਐੱਮ ਐੱਸ ਹੁਣ ਲੱਗਦਾ ਤਾਂ ਇਹ ਹੈ ਵੀ ਇਹ ਆਲਮਸ ਲਿਖਿਆ ਹੋਇਆ ਬਟ ਇਟ ਇਜ਼ ਨੋਟ ਆਲਮਸ ਇਟ ਇਜ਼ ਆਮਸ ਏ ਐੱਲ ਐੱਮ ਐੱਸ ਆਮਸ ਐੱਲ ਨਹੀਂ ਬੋਲਦਾ ਤਾਂ ਕੀ ਹੁੰਦਾ ਐਨੀਥਿੰਗ ਗਿਵਨ ਐਜ਼ ਚੈਰਿਟੀ ਕੋਈ ਵੀ ਭਿੱਖਿਆ ਦੇ ਵਿੱਚ ਆਪਾਂ ਦਾਨ ਦੇ ਵਿੱਚ ਚੀਜ਼ ਦਿੰਦੇ ਹਾਂ ਭਿੱਖਿਆ ਦਿੰਦੇ ਹਾਂ ਉਹਨੂੰ ਅਸੀਂ ਆਮਸ ਕਹਿੰਦੇ ਹਾਂ ਇਸ ਤਰ੍ਹਾਂ ਬਾਮ ਹੁੰਦਾ ਬੀ ਏ ਐੱਲ ਐੱਮ ਬਾਲਮ ਨਹੀਂ ਬਾਮ ਹੈ ਨਾ ਬਾਮ ਕੋਈ ਵੀ ਆਪਾਂ ਲਾਉਂਦੇ ਹਾਂ ਕਿਤੇ ਇੱਕ ਤਰ੍ਹਾਂ ਨਾਲ ਜੋ ਸੁੱਖ ਸ਼ਾਂਤੀ ਦੇਣ ਵਾਲੀ ਕਰੀਮ ਜੀ ਹੋਈ ਹੋਵੇ ਬਾਮ ਫਿਰ ਇਸ ਤਰ੍ਹਾਂ ਕਾਮ ਹੈ ਸੀ ਏ ਐੱਲ ਐੱਮ ਕਾਮ ਇਸ ਤਰ੍ਹਾਂ ਹੀ ਪਾਮ ਹੈ ਪੀ ਏ ਐੱਲ ਐੱਮ ਪਾਮ ਕੀ ਹੁੰਦੀ ਹੈ ਹਥੇਲੀ ਹੈ ਨਾ ਪਾਮਿਸਟ ਹੁੰਦਾ ਪਾਮਿਸਟਰੀ ਹੁੰਦੀ ਹੈ ਇਸ ਤੋਂ ਵਰਡ ਬਣਦੇ ਪੀ ਏ ਐੱਲ ਐੱਮ ਤੋਂ ਇਹ ਇੱਥੇ ਸਾਇਲੈਂਟ ਹੈਗੇ ਨੇਗੇ ਦੈਨ ਅਸੀਂ ਦੇਖਦੇ ਹਾਂ ਕਿ ਵੀ ਵਰਡਸ ਵਿਦ ਸਾਇਲੈਂਟ ਜੀ ਜਿਹੜੇ ਜੀ ਸਾਇਲੈਂਟ ਆ ਕਿਵੇਂ ਜੀ ਐੱਨ ਏ ਡਬਲਿਊ ਇਹਨੂੰ ਗਨਾ ਨਹੀਂ ਬੋਲਦੇ ਇਹਨੂੰ ਬੋਲਦੇ ਨਾ ਜੀ ਐੱਨ ਏ ਡਬਲਿਊ ਨਾ ਕੀ ਹੁੰਦਾ ਬਾਈਟ ਚਿਊ ਚਬਾਉਣਾ ਜਾਂ ਦੰਦੀ ਵੱਢਣੀ ਇਸ ਤਰ੍ਹਾਂ ਦਾ ਫਿਰ ਇੱਕ ਵਰਡ ਹੋਰ ਹੈ ਸ਼ਾਇਦ ਤੁਹਾਡੇ 'ਚੋਂ ਬਹੁਤ ਲਈਏ ਨਵਾਂ ਹੋਵੇ ਜੀ ਐੱਨ ਓ ਐੱਮ ਈ ਇਹਨੂੰ ਅਸੀਂ ਗਨੋਮ ਨਹੀਂ ਬੋਲਣਾ ਇਹਨੂੰ ਬੋਲਦੇ ਹਾਂ ਨੋਮ ਜੀ ਐੱਨ ਓ ਐੱਮ ਈ ਨੋਮ ਹੁੰਦਾ ਐਨ ਐਕਸਟ੍ਰੀਮਲੀ ਸ਼ੋਰਟ ਇਮੈਜਨਰੀ ਮੈਨ ਜਾਂ ਇਮੈਜਨਰੀ ਪਰਸਨ ਲਿਵਿੰਗ ਇਨ ਦਾ ਅੰਡਰ ਵਰਲਡ ਕਲਪਨਿਕ ਹੈਗਾ ਇਹ ਗਿੱਠਮੁਠੀਆ ਕਹਿੰਦੇ ਹੁੰਦੇ ਸੀਗੇ ਇਸ ਨੂੰ ਤੋ ਗਿੱਠਮੁਠੀਆ ਕੀ ਸੀ ਪਤਾਲ ਵਿੱਚ ਰਹਿੰਦੇ ਨੇ ਕਹਿੰਦੇ ਇਹ ਇੱਦਾਂ ਕਹਿੰਦੇ ਹੁੰਦੇ ਸੀ ਗਿੱਠਮੁਠੀਏ ਨੇ ਛੋਟੇ ਛੋਟੇ ਬੰਦੇ ਨੇ ਬਿਲਕੁਲ ਹੀ ਛੋਟੇ ਛੋਟੇ ਤਾਂ ਇੱਦਾਂ ਦੀਆਂ ਗੱਲਾਂ ਪਹਿਲਾਂ ਤਾਂ ਕਹਾਣੀਆਂ ਵੀ ਬੜੀਆਂ ਹੁੰਦੀਆਂ ਸੀ ਗਿੱਠਮੁਠੀਏ ਦੀਆਂ ਲੇਕਿਨ ਇਹਨੂੰ ਅਸੀਂ ਕਹਿੰਦੇ ਹਾਂ ਨੋਮ ਜੀ ਐੱਨ ਓ ਐੱਮ ਈ ਫਿਰ ਅਸੀਂ ਦੇਖਦੇ ਹਾਂ ਕਿ ਵਰਡਸ ਵਿਦ ਸਾਇਲੈਂਟ ਕੇ ਜਿਹਨਾਂ 'ਚ ਕੇ ਨਹੀਂ ਬੋਲਦਾ ਬਹੁਤ ਇਹੋ ਜਿਹੇ ਵਰਡਸ ਨੇ ਕੀ ਹੈ ਨੇਵ ਕੇ ਐੱਨ ਏ ਵੀ ਈ ਲੱਗਿਆ ਕੇ ਆ ਲੇਕਿਨ ਕੇ ਇਜ਼ ਸਾਇਲੈਂਟ
ਐਨ ਏ ਵੀ ਈ ਜਿਵੇਂ ਹੋਵੇ ਐਂ ਬਣਦਾ ਹੈ ਤਾਂ ਨੇਵ ਨੇਵ ਦਾ ਮੀਨਿੰਗ ਹੁੰਦਾ ਰੋਗ ਆਰ ਓ ਜੀ ਯੂ ਈ ਰੋਗ ਰਾਸਕਲ ਵਿਲਨ ਬਦਮਾਸ਼ ਗੁੰਡਾ ਟਾਈਪ ਉਹਨੂੰ ਅਸੀਂ ਨੇਵ ਕਹਿ ਦਿੰਦੇ ਹਾਂ ਲੇਕਿਨ ਇੱਕ ਧਿਆਨ ਰੱਖਣਾ ਇਹ ਵਰਡ ਜਿਹੜਾ ਹੈ ਰੋਗ ਹੈ ਆਰ ਓ ਜੀ ਯੂ ਈ ਲੇਕਿਨ ਜੇ ਇਹਦੀ ਬਜਾਏ ਸਪੈਲਿੰਗ ਆਪਾਂ ਲਿਖ ਦਈਏ ਆਰ ਓ ਯੂ ਜੀ ਈ ਤਾਂ ਉਹ ਰੂਜ਼ ਬਣ ਜੂਗਾ ਰੂਜ਼ ਰੂਜ਼ ਕੀ ਆ ਜਿਹਨੂੰ ਕਈ ਵਾਰੀ ਲੇਡੀਜ਼ ਰੋਜ਼ ਕਹਿੰਦੇ ਨੇ ਉਹ ਰੈੱਡ ਕਲਰਡ ਪਾਊਡਰ ਹੁੰਦਾ ਗਾ ਰੂਜ਼ ਹੈ ਨਾ ਉਹਨੂੰ ਰੂਜ਼ ਕਿਹਾ ਜਾਂਦਾ ਆਰ ਓ ਯੂ ਜੀ ਈ ਲੇਕਿਨ ਇਹ ਸਾਡਾ ਵਰਡ ਜਿਹੜਾ ਮੀਨਿੰਗ ਅਸੀਂ ਦਿੱਤਾ ਨੇਵ ਦਾ ਉਹ ਹੈ ਰੋਗ ਹੈ ਨਾ ਰੋਗ ਆਰ ਓ ਜੀ ਯੂ ਈ ਫਿਰ ਆਪਣੇ ਕੋਲ ਇੱਕ ਵਰਡ ਹੈ ਨੀਡ ਕੇ ਐੱਨ ਈ ਏ ਡੀ ਨੀਡ ਐੱਨ ਡਬਲਯੂ ਡੀ ਆ ਨਹੀਂ ਕੇ ਐੱਨ ਈ ਏ ਡੀ ਕੇ ਇਜ਼ ਸਾਇਲੈਂਟ ਨੀਡ ਨੀਡ ਕੀ ਹੁੰਦਾ ਗੁੰਨਣਾ ਜਿਵੇਂ ਆਟਾ ਗੁੰਨਦੇ ਹਾਂ ਨਾ ਤੋ ਦੈਟ ਇਜ਼ ਨੀਡ ਹੈ ਨਾ ਕੇ ਐੱਨ ਈ ਡੀ ਕੇ ਐੱਨ ਈ ਏ ਡੀ ਜਾਣੀ ਪ੍ਰੈਸਿੰਗ ਜਾਂ ਫੋਲਡਿੰਗ ਜਾਂ ਸਟੈਚਿੰਗ ਜੋ ਆਪਣਾ ਡੀ ਓ ਯੂ ਜੀ ਐਚ ਨੂੰ ਆਪਾਂ ਕਹਿੰਦੇ ਹਾਂ ਕਿ ਜੋ ਆਪਣਾ ਡਫ ਹੈ ਉਹਨੂੰ ਆਪਾਂ ਕਰਦੇ ਹਾਂ ਆਟਾ ਗੁੰਨਦੇ ਹੈਗੇ ਹਾਂ ਤੋ ਇਸ ਤਰ੍ਹਾਂ ਬਈ ਨੀ ਗੋਡਾ ਕੇ ਐੱਨ ਡਬਲਯੂ ਨੀਲ ਕੇ ਐੱਨ ਡਬਲਯੂ ਐੱਲ ਝੁਕਣਾ ਨਾਈਫ ਕੇ ਐੱਨ ਆਈ ਐੱਫ ਈ ਚਾਕੂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਨਾਈਟ ਕੇ ਐੱਨ ਆਈ ਜੀ ਐੱਚ ਟੀ ਨਾਈਟ ਇੱਕ ਯੋਧਾ ਹੁੰਦਾ ਹੈ ਵੈਸੇ ਜਾਂ ਖਿਤਾਬ ਵੀ ਮਿਲਦਾ ਰਿਹਾ ਕੇ ਐੱਨ ਓ ਟੀ ਨੋਟ ਨੋਟ ਹੁੰਦੀ ਹੈ ਗੰਢ ਗੁੰਝਲ ਜਾਂ ਗੰਢ ਨੋਟੀ ਕੇ ਐੱਨ ਓ ਡਬਲ ਟੀ ਵਾਈ ਨੋਟੀ ਨੋਟੀ ਮੀਨਸ ਜੋ ਗੁੰਝਲਦਾਰ ਹੈ ਉਸ ਸੈਂਸ ਇੱਕ ਤਾਂ ਨਾਟੀ ਹੁੰਦਾ ਨਾ ਐੱਨ ਏ ਯੂ ਜੀ ਐੱਚ ਟੀ ਵਾਈ ਸ਼ਰਾਰਤੀ ਇਹ ਹੈ ਨੋਟੀ ਗੁੰਝਲਦਾਰ ਗੰਢਾਂ ਵਾਲਾ ਫਿਰ ਨੋ ਤਾਂ ਆਮ ਹੀ ਸ਼ਬਦ ਅਸੀਂ ਕਹਿੰਦੇ ਹਾਂ ਕੇ ਐੱਨ ਓ ਡਬਲਯੂ ਕਈ ਵਾਰ ਤਾਂ ਸਟੂਡੈਂਟਸ ਪੁੱਛ ਵੀ ਲੈਂਦੇ ਸੀ ਕਲਾਸ ਦੇ ਵਿੱਚ ਕਿ ਸਰ ਕਿਹੜਾ ਨੋ ਲਿਖਣਾ ਜੀ ਕਨੋ ਵਾਲਾ ਕਿ ਨੋ ਦੂਜਾ ਤੋ ਇੱਦਾਂ ਦਾ ਭੁਲੇਖਾ ਜਿਹੜਾ ਹੈ ਪੈਂਦਾ ਲੇਕਿਨ ਬੀ ਕਲੀਅਰ ਅਬਾਊਟ ਇਟ ਪ੍ਰਸੰਗ ਦੇਖ ਲਓ ਵੀ ਕੀ ਲੱਗ ਸਕਦਾ ਇੱਥੇ ਫਿਰ ਨੌਲੇਜ ਇਹ ਤੋਂ ਆਮ ਹੀ ਬਣਦਾ ਵਰਡ ਬੜਾ ਕੋਮਨ ਤੋ ਇਹ ਸੀਗੇ ਸਾਇਲੈਂਟ ਕੇ ਵਰਡ ਵਿਦ ਸਾਇਲੈਂਟ ਪੀ ਕਾਫੀ ਵਰਡਸ ਨੇ ਇਹ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਸਾਈਕੀ ਸਾਈਕੀ ਪੀ ਐੱਸ ਵਾਈ ਸੀ ਐੱਚ ਈ ਸਾਈਕੀ ਮਾਨਸਿਕਤਾ ਇਸ ਤੋਂ ਬਣਦਾ ਸਾਈਕੈਟਰਿਸਟ ਸਾਈਕੈਟਰਿਸਟ ਕੌਣ ਹੁੰਦਾ ਮਨੋਵਿਗਿਆਨੀ ਜਿਹੜਾ ਹੋਵੇ ਮਾਨਸਿਕ ਰੋਗਾਂ ਦਾ ਇਲਾਜ ਕਰਦਾ ਫਿਰ ਨਿਮੂਨੀਆ ਅਕਸਰ ਹੀ ਸਪੈਲਿੰਗ ਗਲਤ ਹੋ ਜਾਂਦੇ ਨੇ ਨਿਮੂਨੀਆ ਲਿਖਿਆ ਕੀ ਜਾਂਦਾ ਪੀ ਐੱਨ ਈ ਯੂ ਐੱਮ ਓ ਐੱਨ ਆਈ ਏ ਅੱਗੇ ਪੀ ਆ ਇਹਨੂੰ ਪਨੀਮੋਨੀਆ ਨਹੀਂ ਬੋਲਣਾ ਇਟ ਇਜ਼ ਨਿਮੋਨੀਆ ਫਿਰ ਸਾਈਕਾਲੋਜੀ ਬੜਾ ਕੋਮਨ ਵਰਡ ਹੈ ਸਪੈਲਿੰਗ ਕੀ ਨੇ ਪੀ ਐੱਸ ਵਾਈ ਸੀ ਐੱਚ ਓ ਐੱਲ ਓ ਜੀ ਵਾਈ ਸਾਈਕੋਲੋਜੀ ਧਿਆਨ ਰੱਖਣਾ ਫਿਰ ਵਰਡ ਵਿਦ ਸਾਇਲੈਂਟ ਪੀ ਐਂਡ ਐੱਲ ਇੱਕ ਵਰਡ ਇਹੋ ਜਿਹਾ ਹੈਗਾ ਪੀ ਵੀ ਸਾਇਲੈਂਟ ਐੱਲ ਵੀ ਸਾਇਲੈਂਟ ਵਰਡ ਕੀ ਆ ਪੀ ਐੱਸ ਏ ਐੱਲ ਐੱਮ ਹੁਣ ਲਿਖਿਆ ਹੋਇਆ ਕੀ ਆ ਪਸਾਲਮ ਬੋਲਦੇ ਕੀ ਆ ਸਾਮ ਪੀ ਸਾਇਲੈਂਟ ਐੱਲ ਸਾਇਲੈਂਟ ਐਂਡ ਇਟ ਇਜ਼ ਸਪੋਕਨ ਐਜ਼ ਸਾਮ ਪੋਇਮ ਹੈ ਇੱਕ ਏ ਸਾਮ ਆਫ ਲਾਈਫ ਪੀ ਐੱਸ ਏ ਐੱਲ ਐੱਮ ਤੋ ਸਾਮ ਦਾ ਭਾਵ ਹੁੰਦਾ ਕੋਈ ਜਿਸ ਤਰ੍ਹਾਂ ਭਜਨ ਹੈ ਹਿਮਨ ਹੈ ਤੋ ਉਸ ਨੂੰ ਅਸੀਂ ਸਾਮ ਕਹਿੰਦੇ ਹਾਂ ਕ੍ਰਿਸ਼ਚਨਸ ਆਪਣੇ ਭਜਨਾਂ ਨੂੰ ਸਾਮਸ ਕਹਿੰਦੇ ਨੇਗੇ ਤੋ ਫਿਰ ਵਰਡਸ ਵਿਦ ਸਾਇਲੈਂਟ ਟੀ ਨੇ ਕਿਵੇਂ ਔਫਨ ਆਪਾਂ ਨੂੰ ਪਤਾ ਹੀ ਆ ਸੌਫਨ ਐੱਸ ਓ ਐੱਫ ਟੀ ਈ ਐੱਨ ਸੌਫਨ ਇੱਕ ਹੋਰ ਵਰਡ ਜਿਹੜਾ ਤੁਹਾਡੇ 'ਚੋਂ ਬਹੁਤ ਸਾਰੇ ਵਾਸਤੇ ਨਵਾਂ ਹੋਊ ਵਰਡ ਕੀ ਹੈ ਡੀ ਈ ਬੀ ਯੂ ਟੀ ਹੁਣ ਇਹਨੂੰ ਨੋਰਮਲੀ ਅਸੀਂ ਡਿਬਟ ਪੜ੍ਹਾਂਗੇ ਇਟ ਇਜ਼ ਨੋਟ ਡਿਬਟ ਇਟ ਇਜ਼ ਡੈਬਿਊ ਡੈਬਿਊ ਇਹਨੂੰ ਡੈਬਿਊ ਬੋਲਣਾ ਡੀ ਈ ਬੀ ਯੂ ਟੀ ਨੂੰ ਬੋਲਣਾ ਕੀ ਆ ਇਟ ਇਜ਼ ਸਪੋਕਨ ਐਜ਼ ਡੈਬਿਊ ਇਟ ਇਜ਼ ਅ ਫਰੈਂਚ ਵਰਡ ਬੇਸਿਕਲੀ ਬਟ ਇਟ ਇਜ਼ ਵੈਰੀ ਪਾਪੂਲਰ ਇਨ ਇੰਗਲਿਸ਼ ਡੈਬਿਊ ਡੈਬਿਊ ਕੀ ਹੁੰਦਾ ਜਿਹੜੀ ਵੀ ਕੋਈ ਫਸਟ ਪਰਫੋਰਮੈਂਸ ਹੈ ਚਾਹੇ ਉਹ ਮਿਊਜ਼ਿਕ ਦੇ ਵਿੱਚ ਹੈ ਚਾਹੇ ਉਹ ਕੋਈ ਪਲੇਅ ਦੇ ਵਿੱਚ ਹੈ ਚਾਹੇ ਕਿਤੇ ਹੋਰ ਇਹੋ ਜਿਹੀ ਕਿਸੇ ਫੀਲਡ ਦੀ ਵੀ ਹੈਗੀ ਆ ਤਾਂ ਉਸ ਨੂੰ ਡੈਬਿਊ ਕਿਹਾ ਜਾਂਦਾ ਦਾ ਵਰਡ ਹੈਜ਼ ਫਰੈਂਚ ਓਰੀਜਨ ਐਂਡ ਇਟ ਇਜ਼ ਪ੍ਰੋਨਾਊਂਸਡ ਐਜ਼ ਡੈਬਿਊ ਡੈਬਿਊ ਤੋ ਇਟਸ ਮੀਨਿੰਗ ਇਜ਼ ਫਸਟ ਪਬਲਿਕ ਅਪੀਅਰੈਂਸ ਔਰ ਪਰਫੋਰਮੈਂਸ ਫਿਰ ਆਪਾਂ ਦੇਖੀਏ ਵਰਡਸ ਵਿਦ ਸਾਇਲੈਂਟ ਡਬਲਯੂ ਇਹੋ ਜਿਹੇ ਬਹੁਤ ਵਰਡਸ ਨੇ ਜਿਸ ਤਰ੍ਹਾਂ ਰੀਕ ਹੈ ਡਬਲਯੂ ਆਰ ਈ
R-E-A-K, reek. Reek ki hunda to inflict or to execute. Jimne reek, vengeance keh dene hai, badla lena. Ta is tarah ring, W-R-I-N-G. Hun R-I-N-G bhi ring ta hunda, lekin eh vakhra hai, W-R-I-N-G. Ring hunda nichodna, to twist, jimne kapde nichodde hai na, ta oh hunda ring. Ta ehde jiri second form hai, rung hai, W-R-U-N-G. ते थर्ड भी रंग है W R U N G फिर है राइट W R I G H T राइट राइट की हुंदा गा जिहड़ा कोई कंस्ट्रक्टिव वर्कर है आर्टिस्ट टाइप वर्कर है राइटर है जिवें असीं कहने आ शेक्सपियर वाज ए ग्रेट प्ले राइट हुण प्ले राइट सिंगल वर्ड बना देने आ प्ले W R I G H T W R I T E नहीं प्ले राइटर रो तलाग लिखना पू फिर W R I G H T प्ले राइट मीन्स राइटर ऑफ प्लेज यानी इदा ए वर्ड है तो फिर एक वर्ड बड़ा कॉमन है रोंग W R O N G है ना रोंग लगया W आ बट इट इज प्रोनाउंस्ड एज रोंग फिर एक चीज होर जेडी मैं तुम दसन लगया हां स्पेलिंग्स दी करेक्शन वास्ते वर्ड्स विद टू डबल लेटर्स ਡਬਲ ਲੈਟਰਸ ਵਾਲੇ ਤੁਸੀਂ ਬਹੁਤ ਨੇ ਡਬਲ ਅੱਖਰਾਂ ਵਾਲੇ ਬਹੁਤ ਹੈਗੇ ਨੇਗੇ ਲੇਕਿਨ ਕੁਛ ਮੈਂ ਹੁਣ ਇਹੋ ਜਿਹੇ ਕੱਢੇ ਨੇ ਹੋਰ ਵੀ ਬਹੁਤ ਹੋ ਸਕਦੇ ਨੇ ਲੇਕਿਨ ਕੁਝ ਸਿਲੈਕਟ ਕੀਤੇ ਨੇ ਜਿਹੜੇ ਕਾਮਨਲੀ ਯੂਜ਼ਡ ਨੇ ਜਿਨ੍ਹਾਂ 'ਚ ਦੋ ਦੋ ਡਬਲ ਲੈਟਰਸ ਨੇ ਜਿਸ ਤਰ੍ਹਾਂ ਪਹਿਲਾ ਵਰਡ ਹੈ ਐਕਸੈਸ ਏ ਡਬਲ ਸੀ ਈ ਡਬਲ ਐਸ ਐਕਸੈਸ ਕੀ ਹੁੰਦਾ ਪਹੁੰਚ ਪਹੁੰਚ ਐਕਸੈਸ ਐਕਸੈਸੀਬਲ ਇਸ ਤੋਂ ਬਣਦਾ ਜਿੱਥੇ ਪਹੁੰਚ ਹੋ ਸਕੇ ਦੈਟ ਇਜ਼ ਐਕਸੈਸੀਬਲ ਸੋ ਡਬਲ ਸੀ ਐਂਡ ਡਬਲ ਐਸ ਫਿਰ ਇੱਕ ਵਰਡ ਹੈ ਅਕੋਮੋਡੇਟ ਏ ਡਬਲ ਸੀ ਓ ਡਬਲ ਐਮ ਓ ਡੀ ਏ ਟੀ ਈ ਅਕੋਮੋਡੇਟ ਹੈ ਨਾ ਅਕੋਮੋਡੇਸ਼ਨ ਬਣਿਆ ਤਾਂ ਵੀ ਡਬਲ ਸੀ ਹੈ ਡਬਲ ਐਮ ਹੈ ਨੈਕਸਟ ਅਸੈਸੀਨੇਸ਼ਨ ਏ ਡਬਲ ਐਸ ਫਿਰ ਏ ਡਬਲ ਐਸ I nation N A T I O N assassination जो किसी की हत्या है उन्हों assassination कहा जाता ये नाल जो concerned word है ने next assess जिवें assessment होंगी है assess तो उन्होंने असी दोनों जी ये आप इको word देखिए तो चार S आ गए A double S E double S assessment के भी इदा ही बन गए फिर अपने को accessories ਅਸੈਸਰੀ ਜਾਂ ਅਸੈਸਰੀਜ਼ ਜਿਹੜੀਆਂ ਕੋਈ ਐਕਸਟਰਾ ਚੀਜ਼ਾਂ ਨੇ ਮੋਟਰਸਾਈਕਲ ਦੇ ਸਕੂਟਰ ਦੇ ਕਾਰ ਦੇ ਅਸੈਸਰੀਜ਼ ਆਪਾਂ ਕਹਿ ਦਿੰਦੇ ਹਾਂ ਹੈ ਨਾ ਐਡੀਸ਼ਨਲ ਕੋਈ ਫੈਸਿਲਿਟੀਜ਼ ਹੈਗੀਆਂ ਨੇਗੀਆਂ ਫਿਰ ਐਕਸੈਸ਼ਨ ਸਟੋਨ ਜਿਹੜੀ ਆਪਣੀ ਹੈਗੀ ਹੈ ਥਰੋਨ ਦੇ ਉੱਪਰ ਬੈਠਣਾ ਬਾਲੀਵੁੱਡ ਡਬਲ ਐਲ ਹੈ ਅਤੇ ਡਬਲ ਓ ਹੈ ਬੀ ਓ ਡਬਲ ਐਲ ਵਾਈ ਡਬਲਯੂ ਡਬਲ ਓ ਡੀ ਕੋਮੈਟੀ ਸੀ ਓ ਡਬਲ ਐਮ ਆਈ ਡਬਲ ਟੀ ਸੋਰੀ ਸੀ ਓ ਡਬਲ ਐਮ ਆਈ ਡਬਲ ਟੀ ਡਬਲ ਈ ਜਾਣੀ ਦੇਖੋ ਤਿੰਨ ਡਬਲ ਹੋ ਗਏ ਕੋਮੇਟੀ ਦੇ ਵਿੱਚ ਸੀ ਓ ਡਬਲ ਐਮ ਆਈ ਡਬਲ ਟੀ ਡਬਲ ਈ ਥਰੀ ਜਿਹੜੇ ਹੈਗੇ ਨੇ ਹੈਗੇ ਲੈਟਰਸ ਡਬਲ ਹੋ ਗਏ ਦੈਨ ਕੋਮਿਟਿਡ ਅੰਬੈਰਸ ਅੰਬੈਰਸਮੈਂਟ ਫੁੱਟਬਾਲ ਗੋਡੈਸ ਜੀ ਓ ਡਬਲ ਡੀ ਈ ਡਬਲ ਐਸ ਅਕਰੈਂਸ ਓ ਡਬਲ ਸੀ ਯੂ ਡਬਲ ਆਰ ਈ ਐਨ ਸੀ ਈ ਅਕਰੈਂਸ ਜਿਹੜਾ ਹੈ ਕੋਈ ਘਟਨਾ ਹੈ ਈਵੈਂਟ ਹੈ ਹੈਪਨਿੰਗ ਹੈ ਤੋ ਇਸ ਤੋਂ ਜਿਹੜੇ ਬਾਕੀ ਬਣਦੇ ਨੇ ਅਕਰਡ ਵੀ ਅਤੇ ਅਕਰਿੰਗ ਵੀ ਉਸ 'ਚ ਵੀ ਡਬਲ ਹੀ ਰਹਿਣਗੇ ਨੈਕਸਟ ਪੋਜੈਸ ਪੀ ਓ ਡਬਲ ਐਸ ਈ ਡਬਲ ਐਸ ਪੋਜੈਸ਼ਨ ਦੇ ਵਿੱਚ ਵੀ ਇੱਦਾਂ ਹੀ ਪਹਿਲਾਂ ਡਬਲ ਐਸ ਫਿਰ ਡਬਲ ਐਸ ਕੁਰਲਿੰਗ ਅਤੇ ਕੁਰਲਡ ਵਗੈਰਾ ਵਗੈਰਾ ਕਿਊ ਯੂ ਏ ਡਬਲ ਆਰ ਈ ਡਬਲ ਐਲ ਆਈ ਐਨ ਜੀ ਕੁਰਲਡ ਅਤੇ ਸਕਸੀਡ ਦੇਖ ਲਓ ਐਸ ਯੂ ਡਬਲ ਸੀ ਡਬਲ ਈ ਡੀ ਸਕਸੈਸ ਐਸ ਯੂ ਡਬਲ ਸੀ ਈ ਡਬਲ ਐਸ ਵਾਲੀਬਾਲ ਵੀ ਓ ਡਬਲ ਐਲ ਈ ਵਾਈ ਬੀ ਏ ਡਬਲ ਐਲ ਹੈ ਨਾ ਵਾਲੀਬਾਲ ਤੋ ਇਹਨਾਂ ਨੂੰ ਅਸੀਂ ਯਾਦ ਕਰਨਾ ਹੈ ਕਿ ਇਹ ਸਾਰਿਆਂ 'ਚ ਟੂ ਡਬਲ ਲੈਟਰਸ ਹੈਗੇ ਨੇ
ਵਰਡਸ ਆਫਨ ਕਨਫਿਊਜ਼ਡ ਹੈਗੇ ਨੇ, ਇੱਕੋ ਜਿੱਕੇ ਨਾਲ ਮਿਲਦੇ ਜੁਲਦੇ, ਉਹਨਾਂ ਨੂੰ ਵੀ ਅਸੀਂ ਕਲੀਅਰ ਕਰ ਲੈਣਾ, ਜਿਵੇਂ ਐਕਸੈਪਟ ਹੈ ਏ ਨਾਲ AECEPT, ਫਿਰ EXCEPT ਪਹਿਲਾਂ ਸਵੀਕਾਰ ਕਰਨਾ ਹੈ, ਫਿਰ ਇਲਾਵਾ ਹੋ ਜਾਂਦਾ, ਅਤੇ ਤੀਜਾ ਹੈ ਐਕਸਪੈਕਟ EXPECT, ਐਕਸਪੈਕਟ ਕੀ ਹੁੰਦਾ, ਉਮੀਦ ਕਰਨਾ। ਫਿਰ ਇੱਕ ਵਰਡ ਹੈ ਏਕ, ਅਸੀਂ ਕਹਿੰਦੇ ਹੈਡਏਕ ਹੋ ਰਹੀ ਆ, ਅਸੀਂ ਕਹਿੰਦੇ ਸਟੋਮਿਕ ਏਕ ਹੈ, ਅਤੇ ਇੱਕ ਹੈ ਪੇਨ। ਏਕ ਕੀ ਹੁੰਦੀ ਆ, ਡਲ ਕੰਟੀਨਿਊਸ ਪੇਨ ਇਨ ਬੈਕ, ਈਅਰ, ਹੈੱਡ, ਟੁੱਥ, ਸਟੋਮਿਕ ਐਂਡ ਬੋਡੀ। ਇਹ ਆਮ ਤੌਰ 'ਤੇ 7 ਲਈ ਅਸੀਂ ਏਕਸ ਵਰਤਦੇ ਹਾਂ, ਮੇਰੇ ਟੁੱਥ ਏਕ ਹੈ, ਜਾਂ ਹੈੱਡ ਏਕ ਹੈ, ਬੈਕ ਏਕ ਕਹਿ ਦਿੰਦੇ ਹਾਂ, ਬੋਡੀ ਏਕ ਕਹਿ ਦਿੰਦੇ ਹਾਂ। ਦੂਜੇ ਪਾਸੇ ਪੇਨ ਹੈ, ਪੇਨ ਕੀ ਹੈ, ਜੋ ਸਫਰਿੰਗ ਚੱਲਦੀ ਹੈ ਬੋਡੀ ਦੇ ਵਿੱਚ ਜਾਂ ਮਾਇੰਡ ਦੇ ਵਿੱਚ। ਫਿਰ ਅਸੈਂਟ ਹੈ ASCENT, ਅਤੇ AESSENT, ਜਿਹੜਾ ASCENT ਵਾਲਾ ਹੈ ਇਹ ਹੁੰਦਾ ਰਾਈਜ਼ ਇੱਕ ਤਰ੍ਹਾਂ ਨਾਲ, ਅਤੇ AESS ਵਾਲਾ ਅਸੈਂਟ, ਸਹਿਮਤੀ ਦੇਣੀ, ਕੰਸੈਂਟ ਦੇਣੀ। ਅਤੇ ਇੱਕ ਹੈ ਐਕਸੈਂਟ ACENT, ਉਹ ਸਾਡਾ ਉਚਾਰਨ ਢੰਗ ਹੁੰਦਾ ਹੈ। ਨੈਕਸਟ ਡਿਸੈਂਟ, ਜਾਣੀ DESCENT ਕੀ ਆ, ਉਤਰਾਈ, ਹੇਠਾਂ ਨੂੰ ਆਉਣਾ, ਉਤਰਾਈ। ਫਿਰ DISSENT ਕੀ ਹੋ ਗਿਆ, ਡਿਸੈਂਟ, ਇਹ ਹੋ ਗਿਆ ਅਸਹਿਮਤੀ, ਅਸਹਿਮਤੀ ਪ੍ਰਗਟ ਕਰਨਾ। ਫਿਰ DECENT ਕੀ ਹੋ ਗਿਆ, ਡੀਸੈਂਟ, ਡੀਸੈਂਟ ਹੁੰਦਾ ਸ਼ਾਨਦਾਰ, ਬਹੁਤ ਵਧੀਆ, ਡੀਸੈਂਟ। ਫਿਰ ਇੱਕ ਵਰਡ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ, ਆਈਡੀਅਲ, ਆਦਰਸ਼, IDEL, IDLE, ਆਈਡਲ, ਵਿਹਲਾ, ਅਤੇ IDOL, ਆਈਡੋਲ ਹੁੰਦਾ ਗਾ ਬੁੱਤ। ਦੈਨ ਦਾ ਵਰਡ ਇਜ਼ ਕੁਆਇਟ, QUIET, ਕੁਆਇਟ ਮੀਨਸ ਸਾਇਲੈਂਟ ਔਰ ਸਾਇਲੈਂਸ, ਚੁੱਪ। ਕੁਆਈਟ, QUIET, ਬਾਅਦ 'ਚ ਇੱਥੇ, ਤਾਂ ਉਹ ਕੁਆਇਟ ਹੁੰਦਾ ਗਾ ਕੰਪਲੀਟਲੀ, ਪੂਰੀ ਤਰ੍ਹਾਂ, ਬਿਲਕੁਲ, ਆਈ ਐਮ ਕੁਆਇਟ ਵੈਲ, ਉਸ ਸੈਂਸ ਵਿੱਚ। ਤੀਜਾ ਵਰਡ ਹੈ ਕੁਇਟ, QUIT, ਕੁਇਟ, ਯੂ ਸ਼ੁੱਡ ਕੁਇਟ ਬੈਡ ਕੰਪਨੀ, ਛੱਡ ਦੇਣਾ। ਸਾਈਟ, SIGHT, ਬਿਲਕੁਲ ਠੀਕ ਹੈ, ਦ੍ਰਿਸ਼। ਅਤੇ SITE, ਸਾਈਟ ਕੀ ਹੁੰਦਾ, ਕੋਈ ਲੋਕੇਸ਼ਨ ਜਿਹੜੀ ਹੈ, ਸਾਈਟ ਫਾਰ ਦਾ ਨਿਊ ਫੈਕਟਰੀ ਆਪਾਂ ਕਹਿੰਦੇ ਹਾਂ। ਫਿਰ CITE, ਸਾਈਟ, ਸਾਈਟ ਮੀਨਸ ਕੋਟ, ਕੋਟ ਕਰਨਾ, ਹਵਾਲਾ ਦੇਣਾ। ਰਿਸਪੈਕਟਫੁੱਲ, ਆਗਿਆ ਦੇਣੀ, ਮੰਨਣ ਵਾਲਾ, ਇੱਜ਼ਤ ਕਰਨ ਵਾਲਾ, ਉਹਨੂੰ ਆਪਾਂ ਕਹਿੰਦੇ ਹਾਂ ਰਿਸਪੈਕਟਫੁੱਲ। ਰਿਸਪੈਕਟਿਡ ਹੁੰਦਾ ਆਦਰ ਯੋਗ, ਅਤੇ ਰਿਸਪੈਕਟਿਵ ਵੀ ਨਾਲ, ਰਿਸਪੈਕਟਿਵ ਜਾਣੀ ਕਰਮਵਾਰ, ਤਰਤੀਬਵਾਰ, ਉਹਨੂੰ ਅਸੀਂ ਰਿਸਪੈਕਟਿਵ ਕਹਿੰਦੇ ਹਾਂ, TIVE। ਫਿਰ ਵਰਡ ਹੈ ਵਕੇਸ਼ਨ, VACATION, ਵਕੇਸ਼ਨ ਕੀ ਹੁੰਦੀ ਹੈ, ਛੁੱਟੀਆਂ ਨੇ ਜਿਹੜੀਆਂ ਸਾਡੀਆਂ ਨਾ, ਹੋਲੀਡੇਜ਼, ਉਹਨੂੰ ਅਸੀਂ ਜਿਸ ਤਰ੍ਹਾਂ ਸਮਰ ਵਕੇਸ਼ਨ ਹੈ, ਵਿੰਟਰ ਵਕੇਸ਼ਨ ਹੈ। ਇੱਕ ਵਰਡ ਹੈ ਵੋਕੇਸ਼ਨ, ਵੀ ਨਾਲ, VOCATION, ਵੋਕੇਸ਼ਨ ਹੁੰਦਾ ਗਾ ਹੋਬੀ, ਠੀਕ ਆ, ਨਹੀਂ ਸੋਰੀ, ਵੋਕੇਸ਼ਨ ਹੁੰਦਾ ਕਿੱਤਾ, ਪ੍ਰੋਫੈਸ਼ਨ। ਅਤੇ ਐਵੋਕੇਸ਼ਨ, AVOCATION, ਤੋਂ ਐਵੋਕੇਸ਼ਨ ਜਿਹੜਾ ਹੈ ਉਹ ਹੁੰਦੀ ਆ ਹੋਬੀ, ਜਾਣੀ ਵੋਕੇਸ਼ਨ, ਕਿੱਤਾ, ਪ੍ਰੋਫੈਸ਼ਨ, ਜਿਵੇਂ ਵੋਕੇਸ਼ਨਲ ਐਜੂਕੇਸ਼ਨ ਹੈ, ਅਤੇ ਐਵੋਕੇਸ਼ਨ ਜੋ ਹੈ ਉਹ ਹੈ ਹੋਬੀ, ਪਾਸਟ ਟਾਈਮ। ਵੇਲ, VALE, ਵੇਲ, ਵੈਲੀ ਹੈ ਨਾ, ਵਾਦੀ ਜਾਂ ਘਾਟੀ। VEIL, ਵੇਲ, ਕੁੰਡ, VEIL, ਪਰਦਾ ਕਰਦੀਆਂ ਨੇ ਔਰਤਾਂ। ਅਤੇ WAIL ਕੀ ਹੁੰਦਾ, ਵੇਲ, ਕਰਾਈ, ਚੀਕਣਾ, ਰੋਣਾ, ਚੀਕ ਮਾਰਨੀ। ਅਤੇ WHALE ਕੀ ਹੁੰਦਾ, ਵੇਲ, ਸਮੁੰਦਰੀ ਜੀਵ ਹੈ, ਜਿਹਦੇ ਬਾਰੇ ਕਾਫੀ ਕੁਝ ਸਾਨੂੰ ਮਿਲਦਾ ਹੈ ਜਾਣਕਾਰੀ, ਵੇਲ ਕਾਫੀ ਵੱਡਾ ਜਾਨਵਰ ਮੰਨਿਆ ਜਾਂਦਾ। ਫਿਰ ਆਪਾਂ ਦੇਖਦੇ ਹਾਂ ਵਰਬਸ ਆਫਨ ਕਨਫਿਊਜ਼ਡ, ਜਿਹੜੀਆਂ ਆਮ ਕਨਫਿਊਜ਼ ਹੋ ਜਾਂਦੀਆਂ ਨੇ ਸਾਥੋਂ, ਜਿਵੇਂ ਪਹਿਲਾ ਹੈ ਲਾਈ, LIE, ਲਾਈ, ਲਾਈ ਮੈਨੇ ਝੂਠ ਵੀ ਹੈ, ਲਾਈ ਮੈਨੇ ਝੂਠ ਬੋਲਣਾ ਵੀ ਹੈ। ਜਦੋਂ ਝੂਠ ਬੋਲਣਾ ਹੈ ਇਹਦਾ ਮੀਨਿੰਗ, ਤਾਂ ਇਹਦੀਆਂ ਜਿਹੜੀਆਂ ਸੈਕਿੰਡ ਔਰ ਥਰਡ ਫੋਰਮਸ ਹੋਣਗੀਆਂ, ਲਾਈ, ਲਾਈਡ, ਲਾਈਡ। ਫਿਰ ਲਾਈ ਹੈ ਲੇਟਣਾ, ਔਰ ਜਦੋਂ ਲਾਈ ਦਾ ਮੀਨਿੰਗ ਲੇਟਣਾ ਹੈ ਤਾਂ ਇਹਦੀ ਸੈਕਿੰਡ ਫੋਰਮ ਹੋਏਗੀ ਲੇ, ਅਤੇ ਥਰਡ ਹੋ ਜਾਏਗੀ ਲੇਨ, LAIN।
ਨੈਕਸਟ ਲੇ ਫਸਟ ਫੋਰਮ ਆ ਲੇ ਹੁੰਦਾ ਹੋਰੀਜੈਂਟਲੀ ਕਿਸੇ ਚੀਜ਼ ਨੂੰ ਰੱਖਣਾ ਧਰਨਾ ਅੰਡੇ ਦੇਣਾ ਵੀ ਹੁੰਦਾ ਤਾਂ ਇਹਦੀਆਂ ਜਿਹੜੀਆਂ ਫੋਰਮਸ ਬਣਦੀਆਂ ਨੇ ਲੇ ਲੇਡ ਅਤੇ ਲੇਡ ਫਿਰ ਇੱਕ ਵਰਡ ਹੈ ਫਲੋ ਐਫ ਐਲ ਓ ਡਬਲਿਊ ਧਿਆਨ ਰੱਖਣਾ ਫਲੋ ਦੀ ਫੋਰਮ ਸੈਕਿੰਡ ਕਦੇ ਵੀ ਫਲਿਊ ਜਾਂ ਅਗਲੀ ਫਲੋਨ ਨਹੀਂ ਹੁੰਦੀ ਫਲੋ ਫਲੋਡ ਫਲੋਡ ਓਕੇ ਔਰ ਇਹ ਜਿਹੜਾ ਸੈਂਟੈਂਸ ਹੈ ਕੁਰੈਕਸ਼ਨ ਵਾਸਤੇ ਬਹੁਤ ਵਾਰੀ ਮੈਂ ਆਇਆ ਦੇਖਿਆ ਐਗਜ਼ਾਮਾਂ ਦੇ ਵਿੱਚ ਕਿਸ ਤਰ੍ਹਾਂ ਇਹ ਇੱਦਾਂ ਆ ਜਾਂਦਾ ਕਿ ਦ ਰਿਵਰ ਹੈਜ਼ ਗਲਤ ਫਿਕਰਾ ਹੁੰਦਾ ਦ ਰਿਵਰ ਹੈਜ਼ ਓਵਰ ਫਲੋਨ ਇਟਸ ਬੈਂਕਸ ਕਿ ਆਪਣੇ ਕਿਨਾਰੇ ਤੋਂ ਬਾਹਰ ਆ ਗਿਆ ਓਵਰ ਫਲੋਨ ਹੁਣ ਗਲਤ ਆ ਕਿਉਂਕਿ ਓਵਰ ਫਲੋਨ ਕੋਈ ਫੋਰਮ ਨਹੀਂ ਤਾਂ ਇਹ ਚਾਹੀਦਾ ਓਵਰ ਫਲੋਡ ਓਵਰ ਫਲੋਡ ਜਿਹੜੀ ਥਰਡ ਫੋਰਮ ਹੁੰਦੀ ਹੈ ਨੈਕਸਟ ਫੋਰਗੈਟ ਦੀਆਂ ਨੇ ਫੋਰਗੈਟ ਫੋਰਗੋਟ ਫੋਰਗੋਟਨ ਲੇਕਿਨ ਜੇ ਬਿਗੈਟ ਹੈ ਬਿਗੈਟ ਹੁੰਦਾ ਜਨਮ ਦੇਣਾ ਜਿਵੇਂ ਆਪਾਂ ਕਹਿੰਦੇ ਹਾਂ ਨੋਬਲਨੈਸ ਬਿਗੈਟਸ ਨੋਬਲਨੈਸ ਲਵ ਬਿਗੈਟਸ ਲਵ ਭਾਵ ਕਿ ਪਿਆਰ ਪਿਆਰ ਨੂੰ ਜਨਮ ਦਿੰਦਾ ਹੈ ਤਾਂ ਬਿਗੈਟ ਦੀਆਂ ਨੇ ਬੀਗੋਟ ਅਤੇ ਬੀ ਗੋਟਨ ਲੇਕਿਨ ਜਦੋਂ ਇਕੱਲਾ ਗੈਟ ਆ ਗਿਆ ਗੈਟ ਗੋਟ ਗੋਟ ਥਰਡ ਫੋਰਮ ਗੋਟਨ ਨਹੀਂ ਕਰਨੀ ਬਹੁਤ ਸਾਰੇ ਸਟੂਡੈਂਟਸ ਗਲਤੀ ਕਰ ਜਾਂਦੇ ਨੇ ਗੋਟਨ ਨਹੀਂ ਹੁੰਦੀ ਕੋਈ ਫੋਰਮ ਗੈਟ ਗੋਟ ਗੋਟ ਬਿਗੈਟ ਹੈ ਤਾਂ ਠੀਕ ਆ ਬਿਗੈਟ ਬੀ ਗੋਟ ਬੀ ਗੋਟਨ ਫੋਰਗੈਟ ਹੈ ਤਾਂ ਵੀ ਠੀਕ ਆ ਲੇਕਿਨ ਇਕੱਲਾ ਗੈਟ ਹੈ ਗੈਟ ਗੋਟ ਗੋਟ ਦੈਨ ਦਾ ਵਰਲਡ ਇਜ਼ ਫੋਲ ਐਫ ਏ ਡਬਲ ਐਲ ਫੋਲ ਹੈ ਨਾ ਫੋਲ ਕੀ ਹੁੰਦਾ ਡਿੱਗਣਾ ਫੋਲ ਫੈਲ ਐਂਡ ਫਾਲਨ ਨੈਕਸਟ ਹੈ ਬੀਅਰ ਹੁਣ ਬੀਅਰ ਦੇ ਦੋ ਮੀਨਿੰਗ ਨੇ ਪਹਿਲਾ ਬੀਅਰ ਦਾ ਮੀਨਿੰਗ ਆਪਾਂ ਲੈਂਦੇ ਹਾਂ ਜਨਮ ਦੇਣਾ ਸੈਕਿੰਡ ਫੋਰਮ ਬੋਰ ਹੈ ਥਰਡ ਹੈ ਬੋਰਨ ਬੋਰਨ ਬੀ ਓ ਆਰ ਐਨ ਹੁਣ ਦੂਜਾ ਮੀਨਿੰਗ ਆਪਾਂ ਦੇਖਦੇ ਹਾਂ ਬੀਅਰ ਦਾ ਮੀਨਿੰਗ ਹੈ ਸਹਿਣਾ ਬਰਦਾਸ਼ਤ ਕਰਨਾ ਸੈਕਿੰਡ ਫੋਰਮ ਹੈ ਬੋਰ ਹੀ ਬੋਰ ਮੈਨੀ ਸਫਰਿੰਗਸ ਕਹਿ ਦੇਵਾਂਗੇ ਔਰ ਇਹਦੀ ਥਰਡ ਫੋਰਮ ਡਿਫਰੈਂਟ ਆ ਉਹ ਹੈ ਬੋਰਨ ਬੀ ਓ ਆਰ ਐਨ ਈ ਪਹਿਲਾਂ ਸੀ ਬੀ ਓ ਆਰ ਐਨ ਜਨਮ ਵਾਲਾ ਇਹ ਹੈ ਬੀ ਓ ਆਰ ਐਨ ਈ ਨੈਕਸਟ ਹੈਂਗ ਹੰਗ ਅਤੇ ਹੰਗ ਲਟਕਾਉਣਾ ਟੰਗਣਾ ਆਪਾਂ ਨੂੰ ਪਤਾ ਹੈਗਾ ਗਾ ਲੇਕਿਨ ਇਹੀ ਵਰਡ ਹੁਣ ਦੇਖੋ ਹੈਂਗ ਫਾਂਸੀ ਲਾਉਣਾ ਹੁੰਦਾ ਅਤੇ ਇਹਦੀਆਂ ਫੋਰਮਸ ਹੋ ਜਾਣਗੀਆਂ ਹੈਂਗ ਹੈਂਗਡ ਅਤੇ ਹੈਂਗਡ ਲਰਨ ਹੈ ਹੁਣ ਲਰਨ ਦੀ ਜਿਹੜੀ ਸੈਕਿੰਡ ਹੈ ਉਹ ਲਰਨਡ ਵੀ ਹੈ ਲਰਨਟ ਵੀ ਹੈ ਅਤੇ ਥਰਡ ਫੋਰਮ ਜਿਹੜੀ ਹੈ ਉਹ ਵੀ ਲਰਨਡ ਵੀ ਹੈ ਔਰ ਲਰਨਟ ਵੀ ਹੈ ਦੋਨੋਂ ਠੀਕ ਨੇ ਵੈਸੇ ਜਿਹੜਾ ਲਰਨਡ ਹੈ ਇਹਨੂੰ ਲਰਨਿਡ ਵੀ ਬੋਲ ਦਿੰਦੇ ਹਾਂ ਐਡਜੈਕਟਿਵ ਲਾ ਦਿੰਦੇ ਹਾਂ ਕਿ ਹੀ ਇਜ਼ ਅ ਵੈਰੀ ਲਰਨਡ ਪਰਸਨ ਜਾਂ ਹੀ ਇਜ਼ ਅ ਵੈਰੀ ਲਰਨਡ ਪਰਸਨ ਨੈਕਸਟ ਲੀਪ ਦੀਆਂ ਵੀ ਇਸ ਤਰ੍ਹਾਂ ਦੋ ਦੋ ਨੇ ਲੀਪਡ ਵੀ ਹੈ ਲੈਫਟ ਵੀ ਹੈ ਸੈਕਿੰਡ ਵੀ ਔਰ ਥਰਡ ਵੀ ਲੀਪ ਲੀਪਡ ਲੀਪਡ ਜਾਂ ਲੀਪ ਲੈਫਟ ਲੈਫਟ ਐਲ ਈ ਏ ਪੀ ਟੀ ਫਿਰ ਸਮੈਲ ਹੈ ਸਮੈਲ ਦੀਆਂ ਵੀ ਦੋ ਦੋ ਨੇ ਸਮੈਲ ਸਮੈਲਡ ਸਮੈਲਡ ਜਾਂ ਸਮੈਲ ਸਮੈਲਟ ਸਮੈਲਟ ਸਪੋਇਲ ਦੀਆਂ ਵੀ ਦੋ ਦੋ ਨੇ ਸਪੋਇਲ ਸਪੋਇਲਡ ਸਪੋਇਲਡ ਜਾਂ ਫਿਰ ਸਪੋਇਲ ਸਪੋਇਲਟ ਸਪੋਇਲਟ ਡਰੀਮ ਹੈ ਡਰੀਮ ਡਰੀਮਡ ਡਰੀਮਡ ਲੇਕਿਨ ਇਹਦੀਆਂ ਇਹ ਵੀ ਹੈਗੀਆਂ ਨੇਗੀਆਂ ਡਰੀਮ ਡਰੈਮਟ ਡਰੈਮਟ ਇਹ ਵੀ ਹੈਗੀਆਂ ਨੇ ਬਿਲਕੁਲ ਇਸ ਤਰ੍ਹਾਂ ਬਰਨ ਦੀਆਂ ਹੈਗੀਆਂ ਨੇ ਬਰਨ ਬਰਨਡ ਬਰਨਡ ਅਤੇ ਟੀ ਨਾਲ ਵੀ ਹੈਗੀਆਂ ਨੇਗੀਆਂ ਕਿ ਬਰਨ ਬਰਨਟ ਬਰਨਟ ਲਾਈਟ ਦੀਆਂ ਲਾਈਟ ਲਿਟ ਲਿਟ ਜਗਾਉਣਾ ਲਾਈਟ ਲਿਟ ਲਿਟ ਔਰ ਇੱਦਾਂ ਵੀ ਹੈਗੇ ਨੇ ਕਿ ਲਾਈਟ ਲਾਈਟਡ ਲਾਈਟਡ ਬੋਥ ਆਰ ਕੁਰੈਕਟ ਨੈਕਸਟ ਹੈ ਲਾਈਟਨ ਲਾਈਟਨ ਹੁੰਦਾ ਹਲਕਾ ਕਰਨਾ ਹਲਕਾ ਕਰਨਾ ਭਾਰ ਹਲਕਾ ਕਰਨਾ ਲਾਈਟਨ ਲਾਈਟਨ ਦੀਆਂ ਫੋਰਮਸ ਹੋਣਗੀਆਂ ਲਾਈਟਨ ਲਾਈਟਨਡ ਅਤੇ ਲਾਈਟਨਡ ਫਿਰ ਇੱਕ ਵਰਡ ਹੈ ਐਨਲਾਈਟਨ ਐਨਲਾਈਟਨ ਹੁੰਦਾ ਚਾਨਣਾ ਪਾਉਣਾ ਗਿਆਨ ਦੇਣਾ ਰੋਸ਼ਨੀ ਕਰਨਾ ਰੋਸ਼ਨੀ ਪਾਓ ਚਾਨਣਾ ਪਾਓ ਮੈਨੂੰ ਇਹਦੇ ਬਾਰੇ ਐਨਲਾਈਟਨ ਕਰੋ ਮੈਨੂੰ ਇਹਦੇ ਬਾਰੇ ਕੋਈ ਚਾਨਣਾ ਪਾਓ ਐਨਲਾਈਟਨ ਈ ਐਨ ਅੱਗੇ ਲੱਗ ਗਿਆ ਐਨਲਾਈਟਨ ਅਤੇ ਇਹਦੀਆਂ ਫੋਰਮਸ ਨੇ ਐਨਲਾਈਟਨ ਐਨਲਾਈਟਨਡ ਅਤੇ ਐਨਲਾਈਟਨਡ
So I think this is enough for today's lecture. Please revise, please learn. ਹੋਰ ਇਹਨਾਂ ਨਾਲ ਤੁਸੀਂ ਐਡ ਕਰ ਸਕਦੇ ਹੋ, ਇਹ ਤੁਹਾਨੂੰ ਲਿਖੇ ਹੋਏ ਵਰਡਸ ਜਿਹੜੇ ਨੇ ਸਾਰੇ ਮਿਲ ਜਾਣਗੇ. ਥੈਂਕ ਯੂ ਵੈਰੀ ਮੱਚ, ਮਾਈ ਬੈਸਟ ਵਿਸ਼ਿਸ, ਗੋਡ ਬਲੈਸ ਯੂ. ਥੈਂਕ ਯੂ, ਥੈਂਕ ਯੂ.